ਅਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਲੈ ਕੇ ਹਾਜ਼ਰ ਹਾਂ ਅੱਜ ਦੀ ਕੈਲੀਫੋਰਨੀਆ ਡਾਇਰੀ। ਕੈਲੀਫੋਰਨੀਆ ਡਾਇਰੀ ਦੇ ਵਿੱਚ ਅੱਜ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਲੈ ਜਾਂਗੇ ਲੋਸ ਐਂਜਲਸ ਪੈਸਾਡੇਨਾ, ਜਿੱਥੇ 131ਵੀਂ ਰੋਜ਼ ਪਰੇਡ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਹ ਪਰੇਡ 1 ਜਨਵਰੀ 1890 ਨੂੰ ਸ਼ੁਰੂ ਹੋਈ ਸੀਗੀ ਅਤੇ 131ਵੀਂ ਇਸ ਵਾਰ ਹੈਗੀ ਆ। ਖੁਸ਼ੀ ਦੀ ਗੱਲ ਇਹ ਹੈ ਕਿ ਇਸ ਪਰੇਡ ਦੇ ਵਿੱਚ ਪਿਛਲੇ 6 ਸਾਲਾਂ ਤੋਂ ਸਿੱਖ ਫਲੋਟ ਵੀ ਸ਼ਾਮਲ ਹੋਇਆ। ਉਹਦੀ ਵਜ੍ਹਾ, ਉਹਦਾ ਕਾਰਨ, ਇਹਦੇ ਪਿੱਛੇ ਮਿਹਨਤ ਯੂਨਾਈਟਿਡ ਸਿੱਖ ਮਿਸ਼ਨ ਅਤੇ ਨਾਲ ਦੇ ਰਸ਼ਪਾਲ ਸਿੰਘ ਢੀਂਡਸਾ, ਗੁਰਦੀਪ ਸਿੰਘ ਮਲਿਕ ਅਤੇ ਉਹਨਾਂ ਦੀ ਸਾਰੀ ਟੀਮ ਦੀ ਮਿਹਨਤ ਸੀਗੀ। ਉਹਨਾਂ ਨੇ ਜਾ ਕੇ ਮਿਹਨਤ ਕਰਕੇ ਅਤੇ ਸਿੱਖ ਫਲੋਟ ਇਸ ਏਡੀ ਵੱਡੀ ਪਰੇਡ ਦੇ ਵਿੱਚ ਸ਼ਾਮਲ ਕਰਾਇਆ। ਅਗਰ ਅਸੀਂ ਗੱਲ ਕਰੀਏ ਸਿੱਖਾਂ ਦੀ ਪਛਾਣ ਦੀ, ਮੇਰਾ ਖਿਆਲ ਦੁਨੀਆ ਦੇ ਵਿੱਚ ਇਸ ਤੋਂ ਵੱਡੀ ਪਛਾਣ ਸਾਡੀ ਸਿੱਖਾਂ ਦੀ ਨਹੀਂ ਹੋ ਸਕਦੀ ਜਦੋਂ ਅਸੀਂ ਇਹੋ ਜਿਹੀਆਂ ਵੱਡੀਆਂ ਪਰੇਡਸ ਦੇ ਵਿੱਚ ਸ਼ਾਮਲ ਹੁੰਦੇ ਹਾਂ। ਤੁਸੀਂ ਵੀ ਦੇਖੋ 131ਵੀਂ ਰੋਜ਼ ਪਰੇਡ ਦੇ ਵਿੱਚ ਕੀ ਤਿਆਰੀਆਂ ਚੱਲ ਰਹੀਆਂ ਨੇ, ਕੀ ਸਾਡੇ ਸਿੱਖ ਫਲੋਟ ਜਿਹੜਾ ਹੈਗਾ ਜੋ ਕਿ ਭਾਈ ਕਨ੍ਹੱਈਆ ਜੀ ਨੂੰ ਸਮਰਪਿਤ ਹੈ, ਦਾ ਪਾਵਰ ਆਫ ਹੋਪ ਜਾਂ ਇਹਨਾਂ ਦਾ ਨਾਰਾ ਹੈਗਾ ਪਲਾਂਟਿੰਗ ਸੀਡਸ ਆਫ ਹੋਪ, ਉਮੀਦਾਂ ਦੇ ਬੀਜ ਬੀਜਣੇ ਆ। ਸੋ ਕੀ ਪ੍ਰਬੰਧਕਾਂ ਦੀ ਤਿਆਰੀ ਹੈ ਅਤੇ ਕੀ ਹੋ ਰਿਹਾ 1 ਜਨਵਰੀ ਦੀ ਇਸ ਪਰੇਡ ਵਾਸਤੇ, ਆਓ ਲੈ ਚੱਲਦੇ ਤੁਹਾਨੂੰ ਪੈਸਾਡੇਨਾ ਐਲ ਏ। 131ਵੀਂ ਰੋਜ਼ ਪਰੇਡ 'ਤੇ ਅਗਰ ਅਸੀਂ ਗੱਲ ਕਰੀਏ ਸਿੱਖ ਫਲੋਟ ਦੀ, ਦਾ ਅਮੈਰੀਕਨ ਸਿੱਖ ਫਲੋਟ ਫਾਊਂਡੇਸ਼ਨ ਵੱਲੋਂ ਜਿਹੜਾ ਇਹ 6ਵਾਂ ਇਸ ਵਾਰ ਫਲੋਟ ਇਸ ਵਿੱਚ ਸ਼ਾਮਲ ਹੋਏਗਾ, ਬੜੀ ਖੁਸ਼ੀ ਦੀ ਗੱਲ ਹੈ। ਬਹੁਤ ਲੰਬੀ ਜਦੋਜਹਿਦ ਤੋਂ ਬਾਅਦ ਇਹ ਪਰਮਿਸ਼ਨ ਮਿਲੀ ਸੀਗੀ ਕਿ ਸਾਡਾ ਫਲੋਟ ਇਸ ਏਡੀ ਵੱਡੀ ਪਰੇਡ ਦੇ ਵਿੱਚ ਸ਼ਾਮਲ ਹੋਇਆ। ਮੇਰੇ ਨਾਲ ਨੇ ਗੁਰਦੀਪ ਸਿੰਘ ਮਲਿਕ ਸਾਹਿਬ ਜੋ ਕਿ ਸ਼ੁਰੂ ਤੋਂ ਇਸ ਜਦੋਜਹਿਦ ਦੇ ਵਿੱਚ ਵੀ ਸ਼ਾਮਲ ਨੇ ਅਤੇ ਉਸ ਤੋਂ ਬਾਅਦ ਹੁੰਮ ਹੁਮਾ ਕੇ ਪੂਰੇ ਇਹਦੇ ਵਿੱਚ ਸਾਥ ਦਿੰਦੇ ਨੇ ਫਲੋਟ ਦੇ ਵਿੱਚ। ਬਹੁਤ ਬਹੁਤ ਮੁਬਾਰਕਾਂ ਜੀ 6ਵਾਂ ਆਪਣਾ ਜਿਹੜਾ ਹੈਗਾ 131ਵੀਂ ਪਰੇਡ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ। ਅਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ, ਤੁਸੀਂ ਬਹੁਤ ਲੰਬੀ ਜਦੋਜਹਿਦ ਤੋਂ ਬਾਅਦ ਇਹ ਮਾਣ ਪੂਰੀ ਦੁਨੀਆ 'ਚ ਬੈਠੇ ਸਿੱਖਾਂ ਨੂੰ ਹਾਸਲ ਹੋਇਆ ਤੁਹਾਡੀ ਵਜ੍ਹਾ ਨਾਲ, ਤੁਹਾਡਾ ਬਹੁਤ ਧੰਨਵਾਦ ਕਰਦੇ। ਥੈਂਕ ਯੂ ਜੀ। ਅਤੇ ਹਾਂਜੀ ਮਾਲੀ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਪਰੇਡ ਬਾਰੇ? ਇਹ ਦੇਖੋ ਜੀ, ਇੱਕ ਬੜੀ ਜਦੋਜਹਿਦ ਤੋਂ ਬਾਅਦ ਚੀਜ਼ ਪ੍ਰਾਪਤ ਹੋਈ ਆ, ਇੱਕ ਬਹੁਤ ਵਧੀਆ ਚੀਜ਼ ਹੈ, ਬੜਾ ਇਹਨਾਂ ਦਾ ਇਹਦੇ ਵਿੱਚ ਯੋਗਦਾਨ ਹੈਗਾ। ਇਹਦੇ ਨਾਲ ਸਾਡੀ ਆਈਡੈਂਟੀ ਪਤਾ ਲੱਗਦੀ ਆ ਕਿ ਅਸੀਂ ਕੌਣ ਹੁੰਦੇ ਹਾਂ, ਰਾਈਟ। ਸੋ ਇੱਕ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਸੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਸਲ ਵਿੱਚ ਮਲਿਕ ਸਾਹਿਬ, ਅਸਲ ਆਈਡੈਂਟੀ ਇਹਨਾਂ ਚੀਜ਼ਾਂ ਤੋਂ ਪਤਾ ਲੱਗਦੀ ਹੈ, ਇਹੋ ਜਿਹੇ ਪ੍ਰੋਗਰਾਮਾਂ ਤੋਂ ਪਤਾ ਲੱਗਦੀ ਹੈ। ਅਦਰਵਾਈਜ਼ ਠੀਕ ਹੈ, ਬਹੁਤ ਵਧੀਆ, ਗੁਰੂ ਘਰਾਂ ਦੇ ਵਿੱਚ ਵੀ ਸਾਰਾ ਕੁਝ ਹੁੰਦਾ ਹੈ, ਪਰ ਅਸਲ ਆਈਡੈਂਟੀ ਉਸੇ, ਅਸੀਂ ਆਪ ਹੀ ਜਾਂਦੇ ਹਾਂ, ਆਪ ਹੀ ਲੰਗਰ ਪਾਉਂਦੇ, ਆਪ ਹੀ ਖਾਂਦੇ, ਆਪ ਹੀ ਇੱਕ ਦੂਜੇ ਨੂੰ ਗੱਲਾਂ ਦੱਸ ਕੇ ਆ ਜਾਂਦੇ ਹਾਂ। ਪਰ ਅਗਰ ਪੂਰੇ 170-175 ਮੁਲਕਾਂ ਦੀ ਗੱਲ ਕਰੀਏ ਤਾਂ 170-175 ਮੁਲਕਾਂ ਦੇ ਵਿੱਚ ਅਸਲ ਆਈਡੈਂਟੀ ਜਿਹੜੀ ਹੈ ਸਿੱਖਾਂ ਦੀ ਇਹ ਹੈਗੀ ਆ। ਮਨਿੰਦਰ ਕੌਰ ਜੀ ਤੁਸੀਂ ਆਓ। ਮਨਿੰਦਰ ਕੌਰ ਜੀ ਵੀ ਮੈਂ ਤਾਂ ਮਹਾਨ ਹਸਤੀ ਹੀ ਕਹੂੰਗਾ ਕਿਉਂਕਿ 6ਵਾਂ ਫਲੋਟ ਅੱਜ ਸ਼ਾਮਲ ਹੋ ਰਿਹਾ। ਭਾਈ ਕਨ੍ਹੱਈਆ ਜੀ ਦਾ ਕੰਸੈਪਟ ਹੈ, ਬਹੁਤ ਵਧੀਆ ਕੰਸੈਪਟ ਹੈ, ਇਹਨਾਂ ਦਾ ਸਲੋਗਨ ਬਹੁਤ ਵਧੀਆ, ਪਲਾਂਟਿੰਗ ਸੀਡਸ ਆਫ ਹੋਪ, ਉਮੀਦਾਂ ਦੇ ਬੀਜ ਬੀਜੀਏ। ਸੋ ਸ਼ੁਰੂ ਤੋਂ ਅਗਰ ਗੱਲ ਕਰੀਏ ਸਿੱਖ ਫਲੋਟ ਦੀ ਗੱਲ ਕਰੀਏ ਤਾਂ ਤੁਸੀਂ ਕੰਸੀਵ ਕਰਦੇ ਹੋ, ਸਾਰਾ ਆਈਡੀਆ ਤੁਹਾਡਾ ਹੁੰਦਾ, ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ। ਬਹੁਤ ਧੰਨਵਾਦ ਤੁਹਾਡਾ। ਮੈਂ ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਮੈਂ ਉਸ ਨੂੰ ਹੀ ਥੋੜ੍ਹਾ ਜ਼ਿਆਦਾ ਵਿਸਥਾਰ 'ਚ ਕਹਿਣਾ ਚਾਹਾਂਗੀ ਕਿ ਦੇਖੋ ਜਿਹੜੀ ਸਾਡੀ ਪ੍ਰੋਬਲਮ ਹੈ ਉਹ ਤਾਂ ਗੁਰਦੁਆਰੇ ਦੇ ਅੰਦਰ ਤਾਂ ਹੈ ਨਹੀਂ ਹੈ, ਉਹ ਤਾਂ ਗੁਰਦੁਆਰੇ ਤੋਂ ਬਾਹਰ ਹੈ। ਜਿਹੜੀ ਸਾਨੂੰ ਆਈਡੈਂਟੀ ਦੀ ਮਿਸਅੰਡਰਸਟੈਂਡਿੰਗ ਜਾਂ ਜਿਹੜੀ ਸਾਨੂੰ ਜਿਹੜੇ ਹੇਟ ਕ੍ਰਾਈਮਸ ਹੁੰਦੇ ਨੇ ਅਤੇ ਜਾਂ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਠੀਕ ਹੈ ਨਾ, ਉਹ ਸਾਰੀ ਤਾਂ ਬਾਹਰ ਹੈਗੀ ਹੈ ਗੁਰਦੁਆਰੇ ਤੋਂ। ਇਸ ਕਰਕੇ ਸਾਨੂੰ ਸਲਿਊਸ਼ਨ ਵੀ ਪ੍ਰੋਬਲਮ ਦਾ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਹੀ ਮਿਲਣਾ ਹੈ ਨਾ। ਸੋ ਇਹ ਜਿਹੜਾ ਫਲੋਟ ਹੈਗਾ ਇਹ ਸਾਰਾ ਮੇਨ ਸਟ੍ਰੀਮ ਉਪਰਾਲਾ ਹੈ। ਜਿੱਥੇ ਅਸੀਂ ਖੜ੍ਹੇ ਹਾਂ ਤੁਸੀਂ ਆਸ ਪਾਸ ਨਜ਼ਰ ਘੁਮਾਓ ਅਤੇ ਤੁਹਾਨੂੰ ਹਰ ਤਰ੍ਹਾਂ ਦੇ ਹਰ ਬੈਕਗਰਾਊਂਡ ਦੇ ਲੋਕ ਜਿਹੜੇ ਨੇ ਉਹ ਇੱਥੇ ਮਿਲਣਗੇ, ਔਰ ਹਰ ਇੱਕ ਨੇ ਇੱਥੇ ਆ ਕੇ ਸਾਨੂੰ ਪੁੱਛਣਾ ਕਿ ਤੁਹਾਡਾ ਸਿੱਖ ਫਲੋਟ ਜਿਹੜਾ ਹੈ ਉਹ ਸਾਨੂੰ ਦੱਸੋ ਕਿ ਇਹ ਕੌਣ ਹੈਗੇ ਨੇ, ਤੁਹਾਡਾ ਕੀ ਡਿਜ਼ਾਈਨ ਹੈ, ਤੁਹਾਡਾ ਕੀ ਕੌਨਸੈਪਟ ਹੈ। ਵਿਦ ਇਨ ਇਸ ਪ੍ਰੈਮਿਸਿਸ ਦੇ ਵਿੱਚ ਹੀ ਤੁਸੀਂ ਹਿਸਾਬ ਲਗਾ ਲਓ ਕਿ 1000-2000 ਬੰਦਾ ਤਾਂ ਇਸ ਨੂੰ ਰੋਜ਼ ਦੇਖ ਰਿਹਾ, ਠੀਕ ਹੈ ਨਾ। ਸੋ ਕਿੰਨੀ ਵੱਡੀ ਸਾਡੇ ਲਈ ਇਹ ਪਲੈਟਫਾਰਮ ਹੈ ਲੋਕਾਂ ਨੂੰ ਜਾਣੂ ਕਰਾਉਣ ਲਈ ਕਿ ਵੀ ਸਿੱਖ ਕੌਣ ਨੇ ਜਾਂ ਸਾਡੇ ਬਿਲੀਫ ਸਿਸਟਮ ਕੀ ਹੈ। ਹਰ ਧਰਮ ਦਾ ਜਿਹੜਾ ਫੰਡਾਮੈਂਟਲ ਬਿਲੀਫ ਸਿਸਟਮ ਤਾਂ ਇੱਕੋ ਹੀ ਹੈ। ਜਦੋਂ ਉਹਨਾਂ ਨੂੰ ਇਹ ਗੱਲ ਪਤਾ ਚੱਲਦੀ ਹੈ ਤਾਂ ਇਮੀਜੀਏਟਲੀ ਜਿਹੜੇ ਉਹਨਾਂ ਦੇ ਗਾਰਡਸ ਨੇ ਉਹ ਥੱਲੇ ਆ ਜਾਂਦੇ ਨੇ ਕਿ ਵੀ ਇਹ ਤਾਂ ਸਾਡੇ ਵਰਗੇ ਹੀ ਹੈ, ਸਾਡੇ ਵਾਂਗੂ ਹੀ ਸੋਚਦੇ ਨੇ। ਅਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਇਹਨਾਂ ਦਾ ਜਿਹੜਾ ਮੈਸੇਜ ਹੈ ਉਹ ਕਾਈਂਡਨੈਸ ਦਾ ਹੈ, ਉਹ ਸੇਵਾ ਦਾ ਹੈ, ਉਹ ਹਰ ਇੱਕ ਇਨਸਾਨੀਅਤ ਤੋਂ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਮੈਸੇਜ ਹੈ, ਠੀਕ ਹੈ ਨਾ। ਸੋ ਇਸ ਗੱਲ 'ਤੇ ਬੜੇ ਇੰਪ੍ਰੈਸ ਹੁੰਦੇ ਨੇ। ਅੱਛਾ, ਤੁਸੀਂ ਪਿਛਲੇ 6 ਸਾਲ ਤੋਂ ਇਹਦੀ ਤਿਆਰੀ ਕਰ ਰਹੇ ਹੋ, ਜਿਹੜੇ ਫਲੋਟ ਕੋਈ ਵੀ ਜਾਂਦਾ ਆਪਣਾ ਸਿੱਖ ਕਮਿਊਨਿਟੀ ਵੱਲੋਂ,
ਤੇ ਕਿੰਨਾ ਕੁ ਔਖਾ ਲੱਗਦਾ, ਕਿੰਨਾ ਕੁ ਜ਼ਿਆਦਾ ਸੋਚਣਾ ਪੈਂਦਾ ਇਹਦੇ ਬਾਰੇ, ਕੀ ਨਾਲ ਹੋਰ ਕੌਣ ਕੌਣ ਸਾਥ ਦਿੰਦੇ ਆ? ਦੇਖੋ ਜਿਹੜਾ ਫਲੋਟ ਦਾ ਜਿਹੜਾ ਥੀਮ ਹੁੰਦਾ ਨਾ, ਪਰੇਡ ਦਾ ਜਿਹੜਾ ਥੀਮ ਹੈ ਉਹ 1 ਜਨਵਰੀ ਨੂੰ ਅਨਾਊਂਸ ਹੋ ਜਾਂਦਾ। ਠੀਕ ਹੈ ਜੀ। ਸੋ ਅਸੀਂ ਉਦੋਂ ਤੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਅਸੀਂ ਉਸ ਥੀਮ ਦੇ ਨਾਲ ਰਲਦਾ ਮਿਲਦਾ ਅਸੀਂ ਸਿੱਖੀ ਦਾ ਮੈਸੇਜ ਜਾਂ ਐਜੂਕੇਸ਼ਨ ਜਾਂ ਅਵੇਅਰਨੈਸ ਕਿਵੇਂ ਦੇਣੀ ਹੈਗੀ ਹੈ। ਅਤੇ ਇਹਦੇ ਵਿੱਚ ਮੇਰਾ ਰੋਲ ਤਾਂ ਜ਼ਿਆਦਾ ਇਹੀ ਹੈ ਕਿ ਅਸੀਂ ਕੀ ਮੈਸੇਜ ਦੇਣਾ ਅਤੇ ਉਹ ਮੈਸੇਜ ਨੂੰ ਅਸੀਂ ਕਿਵੇਂ ਫਲੋਟ ਦੀ ਸ਼ੇਪ ਦੇ ਵਿੱਚ ਦਿਖਾਉਣਾ। ਅਤੇ ਸਾਡੀ ਜਿਹੜੀ ਟੀਮ ਹੈਗੀ ਹੈ ਹਰ ਕੋਈ ਆਪਣਾ ਉਹਦੇ 'ਚ ਯੋਗਦਾਨ ਦਿੰਦਾ ਕਿ ਹਾਂਜੀ ਇਹ ਗੱਲ ਅੱਛੀ ਲੱਗ ਰਹੀ ਹੈ ਜਾਂ ਇਹ ਗੱਲ ਵਧੀਆ ਲੱਗ ਰਹੀ ਹੈ। ਦੂਸਰਾ ਜਿਹੜਾ ਫੀਨਿਕਸ ਡੈਕੋਰੇਟਿੰਗ ਕੰਪਨੀ ਹੈ ਇਹਨਾਂ ਦੇ ਗ੍ਰਾਫਿਕ ਡਿਜ਼ਾਈਨਰ ਹੁੰਦੇ ਨੇ ਜਿਹੜੇ ਕਿ ਸਾਨੂੰ ਦੱਸਦੇ ਨੇ ਕਿ ਆਹ ਚੀਜ਼ ਬਈ ਤੁਸੀਂ ਕਰ ਸਕਦੇ ਹੋ ਆਹ ਨਹੀਂ ਕਰ ਸਕਦੇ। ਸੋ ਬੜੇ ਲੋਕਾਂ ਦਾ ਯੋਗਦਾਨ ਪੈ ਕੇ ਬੜੀ ਵਾਰੀ ਇਸ ਨੂੰ ਡਿਜ਼ਾਈਨ ਕਰਦੇ ਹਾਂ ਫਿਰ ਦੁਬਾਰਾ ਮੋਡੀਫਾਈ ਕਰਦੇ ਹਾਂ ਫਿਰ ਦੁਬਾਰਾ ਬਣਾਉਂਦੇ ਇਹਦੀ ਫਾਈਨਲ ਸ਼ੇਪ ਬਣਦੀ ਹੈ। That makes up the design. Minu has been, this is one of her visions, and she is the inspiration behind this design, and I'm going to let Minu tell you the story behind the design. Well, thank you, Chris. Welcome to Sikh American Float, planting seeds of hope. When you think of hope, you understand that hope gives us reason to wake up in the morning. Hope makes us dream. Hope makes us believe. So when we were given the theme of hope, like, what is our hope? Our hope was to create a world, a magical world for our future children. But then how do we do it? So we wanted to share a story of an inspiring man from Sikh history. He was in the 1700s when Sikh soldiers were fighting the emperor at that time for their freedom to practice their faith. And in the battlefield, this man, his name is Bhai Kanhaiya Singh, his job was to give water to everyone and dress wounds of wounded soldiers. So when he went to the field, he was giving water to everyone, he was dressing wounds for everyone. And when asked, why are you taking care of everyone, and he said, to me, all I see is someone that is hurting, someone who is suffering. And to him, humanity was above everything else. So we wanted to get our inspiration, planting seeds of hope from Bhai Kanhaiya Singh. And we wanted to show that if we plant the seeds of not just compassion, but unconditional compassion. When you have compassion for everyone, not just love, but love for all humanity. And not just service, but to serve all mankind. So if we take the inspiration of these virtues and plant it into young minds today, then we can design a world in the future which can be more kind and loving and peaceful and beautiful. So all the flowers that you see will have children from different diverse backgrounds. They will be sitting here. The water that's coming out of his vessel actually is not just water, but it's love and it's kindness, because that's what he was showing to everybody. And the garden that you see behind is more like a storybook magical garden where children have slides and merry-go-round and they are happy and okay. And playing. 2 minutes, judges, 2 minutes. All right. Thank you. 131st roz parade de vich mere naal hun judne Rishpal Singh Dhindsa ji te Parpoor Singh Takhar Sahib. ਢੀਂਡਸਾ ਜੀ ਦੀ ਅਗਰ ਗੱਲ ਕਰੀਏ ਤਾਂ ਸਾਰੇ ਭਲੀਭਾਂ ਜਾਣਦੇ ਨੇ, ਰੋਜ਼ ਪਰੇਡ ਜਿੰਨੇ ਵੀ ਲੋਕ ਦੇਖਦੇ ਨੇ, ਕਿ ਬੜੀ ਲੰਬੀ ਮਿਹਨਤ ਮੁਸ਼ਕਤ ਤੋਂ ਬਾਅਦ, ਜੱਦੋ ਜਹਿਦ ਤੋਂ ਬਾਅਦ, ਇਹਨਾਂ ਦੀ ਸਾਰੀ ਟੀਮ ਦੀ ਮਿਹਨਤ ਦੇ ਨਾਲ 6 ਸਾਲ ਪਹਿਲਾਂ ਸਿੱਖ ਫਲੋਟ ਜਿਹੜਾ ਇਸ ਪਰੇਡ ਦੇ ਵਿੱਚ ਹੋਇਆ ਸੀਗਾ ਸ਼ਾਮਿਲ, ਅਤੇ ਅੱਜ 6ਵਾਂ ਸਾਲ ਹੈਗਾ ਔਰ ਕੰਸੈਪਟ ਜਿਹੜਾ ਹਰ ਸਾਲ ਦਿੰਦੇ ਨੇ ਇਸ ਵਾਰ ਦਾ ਕੰਸੈਪਟ ਜਿਹੜਾ ਪਾਵਰ ਆਫ ਦਾ ਹੋਪ। ਸੋ ਪਾਵਰ ਆਫ ਦਾ ਹੋਪ ਦੇ ਵਿੱਚ ਭਾਈ ਕਨਹੱਈਆ ਜੀ ਦਾ ਕੰਸੈਪਟ ਐਤਕੀ ਇਹਨਾਂ ਨੇ ਰੱਖਿਆ। ਪਹਿਲਾਂ ਤਾਂ ਢੀਂਡਸਾ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਸ਼ੁਭਕਾਮਨਾਵਾਂ ਏਡੇ ਵੱਡੇ ਉਪਰਾਲੇ ਵਾਸਤੇ। ਸਹੀ ਮਾਇਨੇ ਦੇਖਿਆ ਜਾਵੇ ਤਾਂ ਅਗਰ ਅਸੀਂ ਪਛਾਣ ਦੀ ਗੱਲ ਕਰਦੇ ਹਾਂ ਪੂਰੀ ਦੁਨੀਆ ਵਿੱਚ ਇਹ ਪਛਾਣ ਬਣਦੀ ਸਿੱਖਾਂ ਦੀ, ਕੀ ਕਹਿਣਾ ਚਾਹੋਗੇ ਇਸ ਵਾਰ 131 ਪਰੇਡ ਦੇ? ਧੰਨਵਾਦ ਸਭ ਤੋਂ ਪਹਿਲਾਂ ਜਸ ਪੰਜਾਬੀ ਦੇ ਸਾਰੇ ਸਮੂਹ ਦਰਸ਼ਕਾਂ ਦਾ। ਇਸ ਸਾਲ ਜਿਹੜੀ ਪਾਵਰ ਆਫ ਹੋਪ ਭਾਈ ਕਨਹੱਈਆ ਜੀ ਦੇ ਜਿਹੜੇ ਉਹਨਾਂ ਦੇ ਕੀਤੇ ਹੋਏ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਦੱਸ ਰਹੇ ਹਾਂ ਭਈ ਮਾਨਸ ਕੀ ਜਾ ਸਭ ਇੱਕ ਪਹਿਚਾਣ ਬੋ ਦੇ ਨਾਲ ਨਾ ਕੋਈ ਵੈਰੀ ਨਹੀਂ ਬਗਾਨਾ, ਕਿਉਂਕਿ ਭਾਈ ਕਨਹੱਈਆ ਜੀ ਇੱਕ ਉਹ ਸਿੱਖ ਪੰਥ ਦੀ ਮਹਾਨ ਹਸਤੀ ਸਨ
ਜਿਨ੍ਹਾਂ ਦੇ ਜੰਗ ਦੇ ਮੈਦਾਨ ਦੇ ਵਿੱਚ ਵੀ ਆਪਣੇ ਪਰਾਏ ਦੀ ਵੱਖਰੀ ਵੱਖਰੀ ਪਛਾਣ ਨਹੀਂ ਕੀਤੀ। ਸਾਰਿਆਂ ਨੂੰ ਉਸ ਕੁਦਰਤ ਦੇ ਜਿਹੜੀ ਆ ਪੈਦਾਇਸ਼ ਜਾਣ ਕੇ ਸਾਰਿਆਂ ਨੂੰ ਇੱਕ ਤਰ੍ਹਾਂ ਟ੍ਰੀਟ ਕਰਕੇ ਮਿਸਾਲ ਦਿੱਤੀ ਆ ਵੀ ਸਾਨੂੰ ਸਿੱਖ ਪੰਥ ਦਾ ਕਿਤੇ ਵੀ ਕੋਈ ਇਨਸਾਨ ਬੈਠਾ ਜਿਹੜਾ ਬਛਿੰਦਾ ਬੈਠਾ ਉਹਦੇ ਲਈ ਸਾਰੀ ਜਿਹੜੀ ਮਾਨਵਤਾ ਇੱਕੋ ਜਿਹੀ ਆ ਉਹਦੇ ਵਿੱਚ ਆਪਣੇ ਪਰਾਏ ਦੀ ਕਦੇ ਵੀ ਪਛਾਣ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡਾ ਕੰਮ ਚੰਗੇ ਗੁਣਾਂ ਕਰਕੇ ਆ ਨਾ ਕਿ ਪਛਾਣ ਕਰਕੇ। ਜੀ ਤਖੜ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਇਸ 131ਵੀਂ ਪਰੇਡ ਬਾਰੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਰਿਸ਼ਪਾਲ ਸਿੰਘ ਨੇ ਤੁਹਾਨੂੰ ਦੱਸਿਆ ਹੈਗਾ ਕਿ ਭਾਈ ਕਨ੍ਹੱਈਆ ਜੀ ਰੈਪ੍ਰਜੈਂਟ ਪਾਵਰ ਆਫ ਹੋਪ ਐਂਡ ਐਕਚੁਲੀ ਇਨ ਫਰੰਟ ਆਫ ਦ ਫਲੋਟ ਯੂ ਨੋ ਇਟਸ ਲਾਈਕ ਸਪਰੈਡਿੰਗ ਸੀਡਸ ਆਫ ਹੋਪ। ਉਹ ਥੀਮ ਦੇ ਮੁਤਾਬਕ ਹੀ ਚੱਲਿਆ ਹੈਗਾ। ਬਾਕੀ ਕਿ ਫਲੋਟ ਜਿਹੜੀ ਹੈਗੀ ਆ ਇਟਸ ਏ ਵੈਰੀ ਬਿੱਗ ਸਟੇਜ ਇਸ ਫਲੋਟ ਦੀ ਜਿਹੜੀ ਹੈਗੀ ਆ ਬਿਕੋਜ਼ ਲਾ ਹੰਡਰਡਸ ਆਫ ਮਿਲੀਅਨਸ ਵਾਚ ਐਂਡ ਇਟਸ ਪ੍ਰੋਬੇਬਲੀ ਮੇਰੇ ਖਿਆਲ ਵਿੱਚ ਬਿਗੈਸਟ ਸਟੇਜ ਹੈਗੀ ਸਿੱਖ ਅਵੇਅਰਨੈਸ ਵਾਸਤੇ। ਸੋ ਇਸ ਕਰਕੇ ਮੇਰੀ ਰਿਕੁਐਸਟ ਹੈਗੀ ਦੇਖਣ ਵਾਲਿਆਂ ਨੂੰ ਕਿ ਸਾਰੇ ਇਹਦੇ ਵਿੱਚ ਸਪੋਰਟ ਕਰੋ। ਜਿਹੜੇ ਨੌਰਥ ਅਮੈਰੀਕਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਫਾਈਨੈਂਸ਼ੀਅਲ ਸਪੋਰਟ ਇਜ਼ ਵੈਰੀ ਇੰਪੋਰਟੈਂਟ ਬਿਕੋਜ਼ ਸਾਡੇ ਖਿਆਲ ਦੇ ਵਿੱਚ ਕਿ ਦਿਸ ਇਜ਼ ਅ ਵੈਰੀ ਲਾਰਜ ਸਟੇਜ ਫੋਰ ਅਵੇਅਰਨੈਸ ਐਂਡ ਐਵਰੀਬਡੀ ਸ਼ੁੱਡ ਪਾਰਟੀਸਪੇਟ ਇਨ ਇਟ ਐਂਡ ਇਟ ਰਿਕੁਆਇਰਸ ਲੋਟ ਆਫ ਐਫਰਟ ਐਂਡ ਇਟ ਰਿਕੁਆਇਰਸ ਲੋਟ ਆਫ ਟਾਈਮ। ਅਤੇ ਸੋ ਐਨੀ ਵੇ ਵੀ ਹੋਪ ਪੀਪਲ ਵਿਲ ਜੁਆਇਨ ਅਸ ਐਂਡ ਕੀਪ ਸਪੋਰਟਿੰਗ ਇਟ। ਮੇ ਬੀ ਇੱਕ ਮੈਂ ਤੁਹਾਨੂੰ ਹੋਰ ਐਡ ਕਰ ਦਿੰਦਾ, ਇਸ ਸਾਲ ਜਿਹੜੀ ਕਾਰਪੋਰੇਸ਼ਨ ਹੈਜ਼ ਬਿਨ ਸੈਟ ਅਪ ਔਨ ਏ ਨਿਊ ਬੇਸਿਸ ਕਿ ਨਾ ਉਹ ਹੁਣ ਇਹਨੂੰ ਇਹਦਾ ਨਾਂ ਰੱਖਿਆ ਹੈਗਾ ਅਮੈਰੀਕਨ ਸਿੱਖ ਅਮੈਰੀਕਨ ਫਲੋਟ ਫਾਊਂਡੇਸ਼ਨ, ਜਿਹਦੀ ਕਿ ਵਿਜ਼ਨ ਰਿਸ਼ਪਾਲ ਸਿੰਘ ਹੁਣਾਂ ਨੇ ਪਹਿਲਾਂ ਸੈਟਅਪ ਕੀਤੀ ਸੀ ਫਲੋਟ ਦੀ, ਉਹਨੂੰ ਕੰਟੀਨਿਊ ਰੱਖਣ ਵਾਸਤੇ ਇਸ ਵਿਜ਼ਨ ਨੂੰ ਕਿ ਸਦਾ ਫਲੋਟ ਚੱਲਦੀ ਰਹੇ ਅੱਗੇ ਵਾਸਤੇ ਤਾਂ ਕਿ ਜ਼ਿਆਦਾ ਲੋਕ ਇਹਦੇ ਵਿੱਚ ਪਾਰਟੀਸਪੇਟ ਕਰ ਸਕਣ, ਉਸ ਦੇ ਵਾਸਤੇ ਇਹ ਕ੍ਰੀਏਟ ਕੀਤੀ ਗਈ ਹੈ। ਸੋ ਵੀ ਹੋਪ ਕਿ ਜਿਹੜੇ ਲੋਕ ਆਪਣੇ ਨੌਰਥ ਅਮੈਰੀਕਾ ਵਿੱਚ ਹੈਗੇ ਐਟਲੀਸਟ ਉਹ ਸਾਨੂੰ ਇਹ ਸਪੋਰਟ ਕਰਨਗੇ ਇਸ ਵਿਜ਼ਨ ਨੂੰ ਤਾਂ ਕਿ ਫਲੋਟ ਸਦਾ ਲੱਗਦੀ ਰਹੇ ਅਤੇ ਸਿੱਖਾਂ ਦੀ ਜਿਹੜੀ ਅਵੇਅਰਨੈਸ ਹੈ ਉਹ ਵੱਧਦੀ ਰਹੇ। ਜੀ ਬਿਲਕੁਲ ਟੀਚਰ ਸਾਹਿਬ, ਜਿਵੇਂ ਗੱਲ ਕੀਤੀ ਤਖੜ ਸਾਹਿਬ ਨੇ ਕਿ ਹਰ ਤਰ੍ਹਾਂ ਦੀ ਸਪੋਰਟ ਚਾਹੀਦੀ ਹੈ, ਫਾਈਨੈਂਸ਼ਲੀ ਸਪੋਰਟ ਵੀ ਚਾਹੀਦੀ ਹੈ, ਪਰ ਇੱਕ ਜਿਹੜੀ ਬੇਨਤੀ ਮੈਂ ਇਹ ਚਾਹੁੰਦਾ ਕਿ ਉੱਥੇ ਆਪਣੀ ਸ਼ਮੂਲੀਅਤ ਬਹੁਤ ਘੱਟ ਹੁੰਦੀ ਹੈ ਪਰੇਡ ਦੇ ਵਿੱਚ, ਉੱਥੇ ਬਹੁਤ ਘੱਟ ਸ਼ਮੂਲੀਅਤ ਹੁੰਦੀ, ਉਹਦਾ ਕੀ ਕਾਰਨ ਤਾਂ ਕਿਵੇਂ ਵੱਧ ਸਕਦੀ ਹੈ? ਬੇਨਤੀ ਹੈ ਜੀ ਸਾਰਿਆਂ ਨੂੰ, ਜਿਹੜੇ ਵੀ ਦਰਸ਼ਕ ਇੱਥੇ ਲੋਕ ਰਹਿੰਦੇ ਆ ਉਹ ਆ ਕੇ ਜ਼ਰੂਰ ਇਸ ਚੀਜ਼ ਦਾ ਆਨੰਦ ਮਾਣਨ ਕਿਉਂਕਿ ਜਿੱਥੇ ਬਾਕੀ ਕਮਿਊਨਿਟੀਆਂ ਬੈਠੀਆਂ ਜੇ ਸਾਡੀ ਕਮਿਊਨਿਟੀ ਵੀ ਸਦਾ ਸਾਰੇ ਦਸਤਾਰ ਵਾਲੇ ਬੈਠੇ ਹੋਣਗੇ ਅਤੇ ਕੈਮਰਾ ਉਹਨਾਂ 'ਤੇ ਵੀ ਜ਼ਰੂਰੀ ਜਾਊਗਾ ਕਿਉਂਕਿ ਇਹ ਵਿਲੱਖਣਤਾ ਆ ਅਤੇ ਆਮ ਲੋਕਾਂ ਨੂੰ ਇੰਨਾ ਹੋਰ ਇੱਕ ਵਧੀਆ ਚਾਂਸ ਮਿਲੂਗਾ ਸਾਨੂੰ ਸਮਝਣ ਲਈ ਕਿ ਅਸੀਂ ਇੱਕ ਭਾਈਚਾਰੇ ਦੇ ਵਿੱਚ ਚੰਗੀ ਭਾਈਚਾਰਕ ਸਾਂਝ ਪਾ ਰਹੇ ਹਾਂ। ਸਾਰਿਆਂ ਨੂੰ ਬੇਨਤੀ ਆ ਆਓ ਉੱਥੇ ਬਹਿ ਕੇ ਦੇਖੋ ਅਤੇ ਆਨੰਦ ਮਾਰੋ ਇਸ ਚੀਜ਼ ਦਾ। ਥੈਂਕ ਯੂ ਜੀ, ਬਹੁਤ ਵਧੀਆ, ਪੂਰੀ ਦੁਨੀਆ ਵਿੱਚ ਬੈਠੀ ਸਾਡੀ ਸਿੱਖ ਕੌਮ ਨੂੰ ਦੇਣ ਹੈਗੀ ਹੈ, ਔਰ ਅਸੀਂ ਇੱਕ ਵਾਰ ਫਿਰ ਦਾ ਸਿੱਖ ਅਮੈਰੀਕਨ ਫਲੋਟ ਫਾਊਂਡੇਸ਼ਨ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ, ਸ਼ੁਭਕਾਮਨਾਵਾਂ ਜੀ, ਅਤੇ ਜ਼ਰੂਰ ਆਪਾਂ 1 ਜਨਵਰੀ ਨੂੰ ਲਾਈਵ ਜਸ ਪੰਜਾਬੀ 'ਤੇ ਔਰ ਏਸ਼ੀਆ ਦਾ ਇੱਕੋ ਇੱਕ ਟੀ ਵੀ ਚੈਨਲ ਜਿਹੜਾ ਹੈਗਾ ਉਹ ਜਸ ਪੰਜਾਬੀ ਹੀ ਇਸ ਪਰੇਡ ਨੂੰ ਲਾਈਵ ਦਿਖਾਉਂਦਾ, ਸੋ ਦੇਖਦੇ ਰਹੋ ਜਸ ਪੰਜਾਬੀ। ਦੋਸਤੋ ਹੁਣ ਤੁਹਾਨੂੰ ਲੈ ਚੱਲਦੇ ਖੇਡਾਂ ਵਾਲੇ ਪਾਸੇ। ਬਹੁਤ ਦੇਰ ਤੋਂ ਸਾਡੇ ਪੰਜਾਬੀਆਂ ਦੀ ਇਹ ਉਮੀਦ ਹੈ, ਇਹ ਆਸ ਹੈ ਕਿ ਜਿਹੜੀ ਖਾਸ ਤੌਰ 'ਤੇ ਮਾਂ ਖੇਡ ਕਬੱਡੀ ਹੈ ਉਹ ਫੇਅਰ ਅਤੇ ਡਰੱਗ ਫਰੀ ਹੋਣੀ ਚਾਹੀਦੀ ਹੈ, ਔਰ ਡਰੱਗ ਫਰੀ ਕਿਵੇਂ ਹੋਏਗੀ ਇਹਦੇ ਵਾਸਤੇ ਬਹੁਤ ਸਾਰੀਆਂ ਸੰਸਥਾਵਾਂ ਬੜੇ ਲੰਬੇ ਸਮੇਂ ਤੋਂ ਜੱਦੋਜਹਿਦ ਕਰ ਰਹੀਆਂ ਨੇ। ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਦਾ ਇੱਕ ਆਸ ਦੀ ਕਿਰਨ ਜਿਹੜੀ ਹੈ ਉਹ ਨਜ਼ਰ ਆਈ ਹੈ। ਤੁਹਾਨੂੰ ਲੈ ਚੱਲਦੇ ਹਾਂ ਮੋਡੈਸਟੋ, ਜਿੱਥੇ ਲਗਭਗ ਪੂਰੀ ਦੁਨੀਆ ਦੀਆਂ 13 ਕਬੱਡੀ ਫੈਡਰੇਸ਼ਨਾਂ ਦੀ ਮੀਟਿੰਗ ਹੋ ਰਹੀ ਹੈ ਸਿਰਫ ਇਸੇ ਵਾਸਤੇ। ਪਹਿਲਾਂ 11 ਫੈਡਰੇਸ਼ਨਾਂ ਸੀ, ਹੁਣ 2 ਫੈਡਰੇਸ਼ਨ ਜਿਹੜੀਆਂ ਬਾਹਰ ਸੀ ਉਹ ਵੀ ਇਹਨਾਂ ਦੇ ਨਾਲ ਮਿਲ ਗਈਆਂ। ਪੂਰੀ ਵਰਲਡ ਕਬੱਡੀ ਫੈਡਰੇਸ਼ਨ ਜਿਹੜੀ ਹੈਗੀ ਆ ਉਹਨਾਂ ਦੀ ਮੀਟਿੰਗ ਦੇ ਵਿੱਚ 13 ਜਿਹੜੀਆਂ ਫੈਡਰੇਸ਼ਨਾਂ ਹੈਗੀਆਂ ਜਿਨ੍ਹਾਂ ਦੇ ਵਿੱਚ ਯੂਨਾਈਟਿਡ ਸਪੋਰਟਸ ਕਲੱਬ, ਰਾਇਲ ਕਿੰਗ USA ਜਾਂ ਫਿਰ ਟੋਰਾਂਟੋ ਸਪੋਰਟਸ ਕਲੱਬ ਹੈਗੀ ਆ, ਨਿਊਜ਼ੀਲੈਂਡ ਦੀਆਂ ਕਲੱਬਾਂ ਵੀ ਨੇ, ਆਸਟ੍ਰੇਲੀਆ ਦੀਆਂ ਕਲੱਬਾਂ ਵੀ ਨੇ। ਇਹ ਇੱਕ ਮੀਟਿੰਗ ਕਿੰਨੀ ਕੁ ਸਾਰਥਕ ਹੋ ਨਿਬੜੀ ਆ, ਕੀ ਇਸ ਮੀਟਿੰਗ ਦੇ ਵਿੱਚ ਹੋਇਆ, ਆਓ ਤੁਹਾਨੂੰ ਦਿਖਾਉਂਦੇ ਹਾਂ ਵਰਲਡ ਕਬੱਡੀ ਫੈਡਰੇਸ਼ਨ ਦੀ ਇਹ ਮੀਟਿੰਗ। ਸ਼ਹਿਰ ਮੋਡੈਸਟੋ ਦੇ ਵਿੱਚ ਸੰਸਾਰ ਭਰ ਦੀਆਂ ਸਮੁੱਚੀਆਂ ਫੈਡਰੇਸ਼ਨਸ ਇਕੱਤਰ ਹੋ ਕੇ ਮੀਟਿੰਗਾਂ ਕਰ ਰਹੀਆਂ। ਇਸ ਮੀਟਿੰਗ ਲਈ ਅਸੀਂ ਇਹ ਕਹਿ ਦਈਏ ਕਿ ਸਾਰੇ ਹੀ ਖੇਡ ਪ੍ਰੇਮੀਆਂ ਦਾ ਵੱਡਾ ਯੋਗਦਾਨ ਹੈ ਕਿ ਅਸੀਂ ਇੱਕ ਮੰਚ 'ਤੇ ਇਕੱਤਰ ਹੋ ਕੇ ਆਉਣ ਵਾਲੇ
ਮਾਂ ਖੇਡ ਕਬੱਡੀ ਦੇ ਭਵਿੱਖ ਲਈ ਚੰਗੇ ਫੈਸਲੇ ਲੈਣ ਲਈ ਸੁਨਹਿਰੀ ਕਬੱਡੀ ਦੇ ਮੌਕੇ ਦੇਖਣ ਲਈ ਅਸੀਂ ਵਿਚਾਰ ਵਟਾਂਦਰੇ ਲਈ ਇਕੱਤਰ ਹੋਏ ਹਾਂ। ਮੇਰਾ ਨਾਮ ਸਤਿੰਦਰ ਸਿੰਘ ਅਟਵਾਲ, ਕਬੱਡੀ ਫੈਡਰੇਸ਼ਨ USA ਦੇ ਪ੍ਰਧਾਨ ਬੋਲ ਰਹੇ ਆ। ਅਤੇ ਅੱਜ ਜੋ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਸਾਰੀਆਂ ਕਲੱਬਾਂ ਔਰ ਸਾਰੀਆਂ ਕੰਟਰੀਆਂ ਤੋਂ ਆਈਆਂ ਜਿੰਨੀਆਂ ਫੈਡਰੇਸ਼ਨ ਆਇਆ ਉਹਨਾਂ ਦਾ ਥੈਂਕ ਯੂ ਵੀ ਕਰਦੇ ਹਾਂ, ਅਤੇ ਨਾਲ ਉਹਨਾਂ ਦੇ ਆਉਣ 'ਤੇ ਵੀ ਸਾਰਿਆਂ ਭਰਾਵਾਂ ਨੇ ਸਾਡੀ ਗੱਲ ਮੰਨੀ ਅਤੇ ਏਕਤਾ ਇਕੱਠੇ ਹੋਏ ਅਤੇ ਇਹ ਵਿਚਾਰ ਕੀਤਾ ਜਾ ਰਿਹਾ ਵੀ ਸਾਰੇ ਜਾਣੇ ਜੋ ਵੀ ਡਰੱਗ ਦੇ ਟੈਸਟ ਇੱਕ ਥਾਂ ਲੈ ਜਾਣ ਅਤੇ ਜਿੰਨੇ ਪਲੇਅਰ ਆ ਸਭ ਤੋਂ ਵਧੀਆ ਤਰੀਕੇ ਨਾਲ ਖੇਡਣ ਦਾ ਉਹਨਾਂ ਦਾ ਚਾਂਸ ਦਿੱਤਾ ਜਾਵੇ ਅਤੇ ਸਾਰਿਆਂ ਨੂੰ ਇਹੀ ਐਲਾਨ ਵਾ ਵੀ ਇੱਕ ਥਾਂ 'ਤੇ ਟੈਸਟ ਕਰਾ ਕੇ ਤਾਂ ਹਰੇਕ ਪਲੇਅਰ ਨੂੰ ਖੇਡਣਾ ਚਾਂਸ ਦਿੱਤਾ ਜਾਵੇ। ਹਾਂਜੀ, ਮੈਂ ਅਮੋਲਕ ਸਿੰਘ ਗਾਖਲ, ਇੱਥੇ ਅੱਜ ਮੋਡੈਸਟੋ ਆਪਣੇ ਹੋਟਲ 'ਚ ਮੀਟਿੰਗ ਆ ਅਤੇ ਜਿਹੜੀ ਕਿ ਸਾਰੀਆਂ ਕਬੱਡੀ ਦੀਆਂ ਫੈਡਰੇਸ਼ਨਾਂ ਕੈਨੇਡਾ, ਵਰਲਡ, ਇੰਗਲੈਂਡ ਸਾਰੇ ਇਕੱਠੇ ਹੋਏ, ਇੰਡੀਆ ਤੋਂ ਵੀ ਆਏ ਆ, ਕਿਉਂਕਿ ਸਾਰਿਆਂ ਦਾ ਇੱਕੋ ਹੀ ਇਸ਼ੂ ਆ ਵੀ ਜਿਹੜੀ ਆਪਾਂ ਪਿਛਲੇ ਦਿਨਾਂ 'ਚ ਰੌਲਾ ਪੈ ਰਿਹਾ, ਮੁੰਡੇ ਸਟੋਇਰਾਇਡ ਲੈ ਰਹੇ ਆ, ਸੋ ਉਹਨੂੰ ਇਕੁਅਲ ਕਿਸੇ ਇੱਕ ਜਗ੍ਹਾ 'ਤੇ ਇੱਕ ਲੈਬ ਦੇ ਉੱਤੇ ਇਕੱਠੇ ਹੋ ਕੇ ਸਾਰੇ ਆਪਾਂ ਕਰੀਏ, ਸੋ ਜਿਹਦੇ ਨਾਲ ਆਉਣ ਵਾਲੇ ਦਿਨਾਂ 'ਚ ਪਲੇਅਰ ਸਾਰੇ ਆਪਣੇ ਬਚ ਸਕਣ। ਸੋ ਮੈਨੂੰ ਪੂਰੀ ਉਮੀਦ ਆ ਵੀ ਸਾਰੇ ਇਕੱਠੇ ਹੋਣਗੇ ਭਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਪਹਿਲਾਂ ਤਾਂ ਜਸ TV ਦਾ ਬਹੁਤ ਧੰਨਵਾਦ ਆ ਇੱਥੇ ਪਹੁੰਚਣ ਦਾ, ਅਤੇ ਬਾਕੀ ਧੰਨਵਾਦ ਆ ਸਾਰਿਆਂ ਦਾ, ਇੱਕ ਮੰਚ 'ਤੇ ਅੱਜ ਇਕੱਠੇ ਹੋਏ ਆ, ਅਤੇ ਆਪਾਂ ਚਾਹੁੰਦੇ ਹਾਂ ਵੀ ਸਾਰੇ ਜਾਣੇ ਇੱਕ ਹੀ ਕਬੱਡੀ ਬਾਰੇ ਗੱਲ ਕੀਤੀ ਜਾਵੇ, ਤਾਂ ਜੋ ਵੀ ਆ ਸਟੀਰੋਇਡ ਦਾ ਮਾੜਾ ਮੋਟਾ ਰੌਲਾ ਪੈਂਦਾ ਆ ਜੋ ਹੈਗਾ, ਆਪਾਂ ਚਾਹੁੰਦੇ ਹਾਂ ਵੀ ਇਹਨੂੰ ਸੋਲਵ ਕੀਤਾ ਜਾਵੇ ਅਤੇ ਇੱਕ ਹੀ ਲੈਬ ਦੇ ਵਿੱਚੋਂ ਸਾਰੇ ਦੇ ਟੈਸਟ ਹੋਣ, ਕਿ ਵੀ ਵੱਧ ਤੋਂ ਵੱਧ ਕਬੱਡੀਆਂ ਹੋਣ ਅਤੇ ਜਿੰਨੇ ਵੀ ਪਲੇਅਰ ਹੈਗੇ ਯੂਨਾਈਟਿਡ ਹੋਣ ਸਾਰੇ। ਅਤੇ ਆਪਾਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਕਬੱਡੀਆਂ ਕਰਾਓ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਓ, ਮਿਲ ਜੁਲ ਕੇ ਕਰਾਓ। ਆਉਣ ਵਾਲੇ ਸਾਲ ਵਿੱਚ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਾਲ ਕਬੱਡੀ ਦੇ ਦੁਨੀਆ ਦੇ ਵਿੱਚ ਇੱਕ ਕਾਫੀ ਵੱਡਾ ਫੇਰਬਦਲ ਹੋਇਆ ਵਾ, ਜੋ ਫੈਡਰੇਸ਼ਨਾਂ ਵੱਲੋਂ ਇੱਕ ਡਰੱਗ ਦੀ ਜੋ ਵਰਤੋਂ ਹੋ ਰਹੀ ਸੀਗੀ, ਅਣਅਧਿਕਾਰਤ ਕੁਛ ਡਰੱਗਸ ਦੀ ਵਰਤੋਂ ਜੋ ਹੋ ਰਹੀ ਸੀ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਵੀ ਕੰਟਰੋਲ ਕਰਨ ਦੇ ਵਿੱਚ ਇੱਕ ਵੱਖਰਾ ਜੋ ਸਟੈਪ ਸੀ ਪਿਛਲੇ ਸਾਲ ਲਿਆ ਗਿਆ ਸੀ, ਜਿਸ ਕਰਕੇ ਅੰਟੇਰੀਓ ਵਿੱਚ ਤਕਰੀਬਨ ਸਾਰੇ ਟੂਰਨਾਮੈਂਟ ਕੈਂਸਲ ਹੋਏ। ਮਤਲਬ ਕੈਂਸਲ ਇਨ ਦਾ ਸੈਂਸ ਉਹਨਾਂ ਨੇ ਇਸ ਦੇ ਉੱਤੇ ਥੋੜ੍ਹੇ ਚਿਰ ਲਈ ਪੌਜ਼ ਲਾਇਆ ਵੀ ਅਗਲੇ ਸਾਲ ਆਪਾਂ ਕੋਈ ਬੈਟਰ ਪ੍ਰੋਗਰਾਮ ਲਿਆ ਕੇ ਇਸ ਚੀਜ਼ ਨੂੰ ਆ ਜਿਹੜਾ ਆਪਾਂ ਦੁਬਾਰਾ ਸ਼ੁਰੂ ਕਰੀਏ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਤਾਂ ਅੱਜ ਮੀਟਿੰਗ ਇੱਥੇ ਮੋਡੈਸਟੋ ਕੈਲੀਫੋਰਨੀਆ ਦੇ ਵਿੱਚ ਹੋਈ ਆ, ਤਾਂ 13 ਫੈਡਰੇਸ਼ਨਾਂ ਇੱਥੇ ਹਾਜ਼ਰ ਸੀਗੀਆਂ। ਤਾਂ ਜਿਹੜਾ ਮੁੱਦਾ ਮੇਨ ਅਡਾਪਟ ਹੋਇਆ, ਲਾਗੂ ਹੋ ਜਾਣਾ ਆ, ਇਹ ਹੈਗਾ ਡਰੱਗ ਫਰੀ ਕਬੱਡੀ। ਸੋ ਇਹਦੀ ਲੋੜ ਸੀਗੀ, ਜਿਹੜੇ ਅਸੀਂ ਪ੍ਰਮੋਟਰ ਵੀ ਹਾਂ, ਇਹ ਸਾਨੂੰ ਵੀ ਨਿਗਾਹ 'ਚ ਵੀ ਸੀਗਾ ਵੀ ਇਹਨੂੰ ਪਲੈਟਫਾਰਮ ਜਿਹੜਾ ਸਾਰੇ ਪਲੇਅਰਾਂ ਲਈ ਇਕੁਅਲ ਹੋਵੇ। ਸੋ ਇਹ ਜਿਹੜਾ ਲਾਗੂ ਕੀਤਾ ਗਿਆ ਆ ਜਾਂ ਸਿਸਟਮ, ਸਾਰਿਆਂ ਨੇ ਸਹਿਮਤ ਆ, ਤਾਂ ਬਹੁਤ ਕਬੱਡੀ ਲਈ ਵੀ, ਕਬੱਡੀ ਦੇ ਫਿਊਚਰ ਵਾਸਤੇ ਵੀ ਬਹੁਤ ਵਧੀਆ ਜੜ ਵੀ ਹੋ ਗਈ। ਹਾਂ ਜੱਗੀ ਜੀ, ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਕਬੱਡੀ ਦੇ ਪ੍ਰੇਮੀਆਂ ਨੂੰ ਇਹ ਵਧੀਆ ਮੈਸੇਜ ਦੇਣਾ ਚਾਹੁੰਦਾ ਵੀ ਜੋ ਅੱਜ ਮੀਟਿੰਗ ਹੋਈ ਹੈ ਬੜੀ ਸਕਸੈਸਫੁਲ ਹੋਈ ਹੈ, ਅਤੇ ਸਾਨੂੰ ਬਹੁਤ ਆਸ ਹੈ ਵੀ ਜੋ ਪੰਜਾਬ ਦੇ ਵਿੱਚ ਆਪਣੇ ਪਲੇਅਰ ਆਉਣਗੇ ਅਤੇ ਡਰੱਗ ਫਰੀ ਹੋਣਗੇ ਅਤੇ ਸਾਰੇ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਮਿਲਿਆ। ਤੁਹਾਡਾ ਮੀਡੀਆ ਦਾ ਵੀ ਬਹੁਤ ਮਿਹਰਬਾਨੀ ਜੋ ਦੁਨੀਆ ਦੇ ਘਰ ਘਰ ਤੱਕ ਸਾਡਾ ਮੈਸੇਜ ਪਹੁੰਚਾ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸ TV ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਤੁਹਾਨੂੰ ਦੱਸਣਾ ਚਾਹੁੰਦਾ, ਜੇ ਸ਼ੁਰੂਆਤ ਵੀ ਜਿੱਦਣ ਹੋਈ ਸੀ ਜਸ TV ਦੇ ਉੱਤੇ ਹੋਈ ਸੀਗੀ, ਜਿੱਦਣ ਅਸੀਂ ਆਪਣੇ ਸਤੰਬਰ ਦੇ ਵਿੱਚ 28 ਤਰੀਕ ਨੂੰ ਸੈਕਰਾਮੈਂਟੋ ਇਹ ਪਹਿਲੀ 11 ਫੈਡਰੇਸ਼ਨਾਂ ਦੀ ਮੀਟਿੰਗ ਹੋਈ, ਉਹਦੇ 'ਚੋਂ 2 ਫੈਡਰੇਸ਼ਨ ਸਾਡੀਆਂ ਬਾਹਰ ਰਹਿ ਗਈਆਂ ਸੀ, ਉਹ ਅੱਜ ਸਾਡੇ ਨਾਲ ਪੂਰੀਆਂ ਜੁਆਇਨ ਹੋ ਗਈਆਂ ਹੈ। ਸੋ ਇਹਦੇ ਨਾਲ 13 ਫੈਡਰੇਸ਼ਨਾਂ ਹੋ ਗਈਆਂ। ਉਹਦੇ ਵਿੱਚ ਆਪਾਂ ਸਾਰਿਆਂ ਨੇ ਰਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਕਬੱਡੀ ਦੇ ਵਿੱਚੋਂ ਡਰੱਗ ਤਾਂ ਫਿਰ ਕਬੱਡੀ, ਆਪਾਂ 2020 ਦੇ ਵਿੱਚ ਇੰਡੀਆ ਦੇ ਵਿੱਚ ਜਿੰਨੇ ਵੀ ਪਲੇਅਰ ਟੈਸਟਡ ਹੋ ਕੇ ਡਰੱਗ ਕੁਐਸਟ ਦੀ ਲੈਬ ਆ ਉੱਥੋਂ ਟੈਸਟ ਹੋ ਕੇ ਆਓਗੇ, ਤਾਂ ਸਾਡੇ ਪ੍ਰਮੋਟਰਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਪਊਗੀ। ਜਿਹੜੀਆਂ 13 ਫੈਡਰੇਸ਼ਨਾਂ ਉਹ ਸਾਰੀਆਂ ਕੋਲ ਟੈਸਟ ਜਿਹੜੇ ਆ ਰਿਜ਼ਲਟ ਉਹ ਸ਼ੇਅਰਡ ਹੋਊਗੇ, ਵੀ ਜਿਹਨੂੰ ਕਿਸੇ ਨੂੰ ਵੀ ਪਲੇਅਰ ਦੀ ਲੋੜ ਆ ਇਹ ਬਾਹਰ ਮੰਗਾਉਣ ਦੀ ਲਈ, ਉਹਨਾਂ ਨੂੰ ਕੋਈ ਵੀ ਮੁੜ ਕੇ ਖੇਚਲ ਨਹੀਂ ਕਰਨੀ ਪਊਗੀ ਵੀ ਪਲੇਅਰ ਕਿੱਥੇ ਖੇਲ ਕਿੱਥੇ ਨਹੀਂ ਖੇਲਿਆ, ਵੀ ਕਿਹੜੀ ਟੀਮ ਨਾਲ ਖੇਡਿਆ। ਸੋ ਦੂਜੀ ਗੱਲ ਇਹ ਮੈਂ ਕਹਿਣੀ ਚਾਹੁੰਦਾ, ਇੰਡੀਆ ਦੇ ਵਿੱਚ ਰੌਲੇ ਗੌਲੇ ਬਹੁਤ ਪਏ ਹੋ ਆ, ਅਤੇ ਇਹਦੇ ਨਾਲ ਆਪਣੇ ਰੌਲੇ ਜਿਹੜੇ ਆ ਮੇਰੇ ਹਿਸਾਬ ਨਾਲ ਵੀ ਉਹ ਖਤਮ ਹੋ ਜਾਣੇ ਚਾਹੀਦੇ ਆ, ਬਿਕੋਜ਼ ਸਾਰਿਆਂ ਦੇ ਲਈ ਇੱਕ ਟੈਸਟ ਹੋ ਗਿਆ, ਵੀ ਦੂਜੀ ਫੈਡਰੇਸ਼ਨ ਨੂੰ ਇਹ ਨਹੀਂ ਕਹਿ ਸਕਦੀ ਵੀ ਸਾਡੇ ਕੋਲ ਆ ਕੇ ਖੇਲੋ ਵੀ ਸਾਡੇ ਟੈਸਟ ਇੱਦਾਂ ਦੇ, ਸਾਡੇ ਟੈਸਟ ਇੱਦਾਂ ਦੇ, ਅਸੀਂ ਸਟੇਰੋਇਡ ਨਹੀਂ ਕਰ। ਮੇਰੇ ਨਾਲ ਗਾਖਲ ਸਾਹਿਬ ਤਾਂ ਸੋਤਾ ਸਾਹਿਬ ਖੜ੍ਹੇ ਆ,
इन्हें भी दस चुके पहला स्टेरॉयड फ्री कबड्डी 2020 सारे इस काम के जिंदा कट्ठे होकर जिन्हें अज प्रोग्राम बनाया इन्हों का बहुत बहुत धन्यवाद किया जाता जस टीवी का धन्यवाद। वाहेगुरु जी का खालसा वाहेगुरू जी की फतेह। दोस्तों सैन फ्रांसिस्को दे विच बड़े लंबे समय तो यह चलता आ रहा कि गुरु घर की उत्थे कमी सी, गुरु घर कोई नहीं सीगा, पर पिछले समय दे विच सैन फ्रांसिस्को दे विच पहला गुरु घर कहिंदे स्थापित होया और उस गुरु घर की जिहड़ी निशान साहब की सेवा वो की गई संगतां वल्लों ते उत्थे दी प्रबंधक कमेटी वल्लों। आओ तुहानू दिखाउने आ सैन फ्रांसिस्को गुरु घर की रिपोर्ट। वाहेगुरु 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 युग विच झंडे झूल रहे कल पिता जी तेरे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਗੁਰਦੁਆਰਾ ਸਾਹਿਬ ਸੈਨ ਫ੍ਰਾਂਸਿਸਕੋ ਦੇ ਦਾਸ ਦਲਜੀਤ ਸਿੰਘ ਮੁੱਖ ਸੇਵਾਦਾਰ, ਅਸੀਂ ਪਿਛਲੇ 2013 ਤੋਂ ਲੱਗੇ ਹੋਏ ਹਾਂ ਸਕੂਲ ਦੇ ਵਿੱਚ ਪ੍ਰੋਗਰਾਮ ਕਰਦੇ ਸੀ। ਹੁਣ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ, ਸਾਨੂੰ ਆਪਣੀ ਪੱਕੀ ਜਗ੍ਹਾ ਮਿਲੀ ਹੈ ਅਤੇ ਅੱਜ ਅਸੀਂ ਨਿਸ਼ਾਨ ਸਾਹਿਬ ਦੀ ਸੇਵਾ ਵੀ ਕੀਤੀ ਹੈ। ਬਹੁਤ ਹੀ ਵਧੀਆ ਲੱਗਾ, ਬਹੁਤ ਹੀ ਸੰਗਤਾਂ ਦੂਰੋਂ ਨੇੜਿਓਂ ਆਈਆਂ ਅਤੇ ਹੋਰ ਪਿਛਲੇ ਸਾਲਾਂ ਦੇ ਵਿੱਚ ਸਾਡੀ 2013 ਤੋਂ ਲੈ ਕੇ ਅੱਜ ਤੱਕ ਜਿੱਦਾਂ ਆਪਾਂ ਨਗਰ ਕੀਰਤਨ 'ਤੇ ਗਏ ਹਾਂ, ਜੂਬਾ ਸਿਟੀ ਗਏ ਹਾਂ, ਫਰੀਮੋਟ ਗਏ, ਸਨਵਜੇ ਗੁਰਦੁਆਰਾ ਗਏ, ਫਰਿਜਨੋ ਗਏ ਹਾਂ, ਪਿਟਸਬਰ ਗਏ ਹਾਂ, ਸਾਰੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਸਾਡੀ ਬਹੁਤ ਹੀ ਜ਼ਿਆਦਾ ਸਪੋਰਟ ਕੀਤੀ ਅਤੇ ਸੰਗਤ ਨੇ ਬਹੁਤ ਸਪੋਰਟ ਕੀਤੀ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਅੱਗੇ ਸੰਗਤ ਸਾਡੀ ਇਸੇ ਤਰ੍ਹਾਂ ਹੀ ਸਪੋਰਟ ਕਰਦੀ ਰਹੇਗੀ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਖਸ਼ੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ, ਜੋ ਕਿ ਇਹ ਆਪਣੀ ਕੌਮ ਦਾ ਜਿੰਦਾ ਰਹਿੰਦਿਆਂ ਦਾ ਨਿਸ਼ਾਨ ਹੈ। ਹਾਂ, ਅੱਗੇ ਵੀ ਇਸੇ ਤਰ੍ਹਾਂ ਹੀ ਸਾਨੂੰ ਸੰਗਤ ਸਹਿਯੋਗ ਦਿੰਦੀ ਰਹੇਗੀ। ਅੱਜ ਸ਼ਹੀਦਾਂ ਦੇ ਦਿਹਾੜੇ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋਏ ਆ। ਸੰਗਤਾਂ ਨੂੰ ਪੂਰਜ ਔਰ ਬੇਨਤੀ ਕਰਦੇ ਹਾਂ ਕਿ ਪਰਸੋਂ ਰੋਜ਼ 29 ਦਸੰਬਰ ਦਿਨ ਐਤਵਾਰ ਨੂੰ 1 ਵਜੇ ਅਖੰਡ ਪਾਠ ਦੇ ਭੋਗ ਪੈਣਗੇ ਅਤੇ ਸੰਗਤਾਂ ਨੂੰ ਪੂਰਜ ਔਰ ਬੇਨਤੀ ਕਰਦੇ ਹਾਂ ਕਿ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸੈਨ ਫ੍ਰਾਂਸਿਸਕੋ ਦੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਕਿ ਅੱਜ ਇੱਥੇ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਆ। ਮਗਰ ਦੇਖਿਆ ਗੁਰੂ ਮਹਾਰਾਜ ਸਾਹਿਬ ਨੇ ਬੜੀ ਕਿਰਪਾ ਕੀਤੀ ਹੈਗੀ ਆ ਅਤੇ ਆਪਣੇ ਜਿਹੜੇ ਨਿਸ਼ਾਨ ਇੱਥੇ ਲਵਾਏ ਨੇ ਸੰਗਤ ਦੇ ਸਾਰੀ ਸੰਗਤ ਨੇ ਸਹਿਯੋਗ ਦਿੱਤਾ ਵਾ ਅਤੇ ਮੈਂ ਕਹਿੰਦੀ ਹਾਂ ਇਹ ਬੜੇ ਮਾਣ ਵਾਲੀ ਗੱਲ ਆ, ਸਾਡੀ ਸਿੱਖ ਕਮਿਊਨਿਟੀ ਲਈ ਬਹੁਤ ਮਾਣ ਵਾਲੀ ਗੱਲ ਹੈਗੀ ਆ। ਇੱਧਰ ਸੈਨ ਫ੍ਰਾਂਸਿਸਕੋ ਦੇ ਨੇੜੇ ਤੇੜੇ ਫਰੀਮੋਟ ਤੋਂ ਇਲਾਵਾ ਕੋਈ ਗੁਰਦੁਆਰਾ ਸਾਹਿਬ ਨੇੜੇ ਨਹੀਂ ਸੀਗੇ, ਬੜੇ ਚਿਰ ਦੀ ਸੰਗਤ ਦੀ ਖਾਹਿਸ਼ ਸੀਗੀ ਅਤੇ ਇੱਥੇ ਲੋੜ ਵੀ ਬਹੁਤ ਸੀ। ਹਾਂਜੀ, ਅਤੇ ਸੋ ਮੈਂ ਸਾਰੀ ਸੰਗਤ ਨੂੰ ਸਾਰੇ ਸਿੱਖ ਜਗਤ ਨੂੰ ਐਕਚੁਲੀ ਵਧਾਈਆਂ ਦੇਣ। ਜਦੋਂ ਵੀ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਕਿਤੇ ਹੁੰਦੀ ਆ, ਦੇਖੋ ਆਪਾਂ ਹਮੇਸ਼ਾ ਅਰਦਾਸ ਵਿੱਚ ਕਹਿੰਦੇ ਹਾਂ ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਹ ਨਵੇਂ ਨਿਸ਼ਾਨ ਸਾਹਿਬ ਇੱਥੇ ਲੱਗੇ ਨੇ ਸੈਨ ਫ੍ਰਾਂਸਿਸਕੋ, ਇਹ ਬੜਾ ਸਦਾ ਹੀ ਝੂਲਦੇ ਰਹਿਣ ਜੀ। ਸੈਨ ਫ੍ਰਾਂਸਿਸਕੋ ਇਹ ਜਿਹੜਾ ਬੜਾ ਵੱਡਾ ਗਲੋਬਲ ਦੇ ਤੌਰ 'ਤੇ ਇਹਦੀ ਮਹੱਤਤਾ ਹੈਗੀ, ਇਸ ਸ਼ਹਿਰ ਦੀ ਬੜੀ ਵੱਡੀ ਨੇੜੇ ਏਅਰਪੋਰਟ ਹੈਗੀ ਆ। ਸੰਗਤਾਂ ਨੂੰ ਬਹੁਤ ਵਾਰੀ ਮਤਲਬ ਕਈ ਵਾਰੀ ਮੁਸ਼ਕਲਾਂ ਆਉਂਦੀਆਂ ਸੀਗੀਆਂ, ਕਈ ਵਾਰ ਫਲਾਈਟ ਲੇਟ ਹੋ ਜਾਂਦੀ ਸੀ ਇੱਧਰ ਉੱਧਰ, ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਸੰਗਤ ਜਿਹੜੀ ਆ ਇਸ ਗੁਰੂ ਘਰ ਆਵੇ ਇੱਥੇ ਅਤੇ ਆਪਣਾ ਜਲ ਪਾਣੀ ਛਕੇ, ਪ੍ਰਸ਼ਾਦਾ ਪਾਣੀ ਛਕੇ ਅਤੇ ਆਰਾਮ ਕਰੇ, ਜਦੋਂ ਵੀ ਉਹਨਾਂ ਨੂੰ ਲੋੜ ਹੈਗੀ ਆਉਣ ਜਾਣ, ਅਤੇ ਆਪਾਂ ਸਾਰਿਆਂ ਦੀ ਇਹ ਫਰਜ਼ ਬਣਦਾ ਵੀ ਨਵੇਂ ਗੁਰੂ ਘਰ ਦੀ ਅਸੀਂ ਸਪੋਰਟ ਕਰੀਏ ਇੱਥੇ।
ਦੋਸਤੋ ਇਹ ਸੀ ਅੱਜ ਦੀ ਕੈਲੀਫੋਰਨੀਆ ਡਾਇਰੀ। ਉਮੀਦ ਕਰਦਾ ਕਹਾਣੀਆਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ। ਜੋ ਵੀ ਪ੍ਰੋਗਰਾਮ ਹੋਏ ਸੀ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੇ ਆ। ਤੁਹਾਡੇ ਵੀ ਆਲੇ ਦੁਆਲੇ ਕੋਈ ਧਾਰਮਿਕ, ਕੋਈ ਸੱਭਿਆਚਾਰਕ, ਕੋਈ ਕਮਿਊਨਿਟੀ ਦਾ ਕੰਮਕਾਰ, ਕੋਈ ਈਵੈਂਟ ਹੁੰਦੀ ਆ ਤਾਂ ਤੁਸੀਂ ਸਾਨੂੰ ਫੋਨ ਕਰੋ 209-450-3362। ਅਸੀਂ ਉੱਥੇ ਪਹੁੰਚ ਕੇ ਤੁਹਾਡੀ ਕਵਰੇਜ ਕਰਕੇ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਗਰ ਅਸੀਂ ਨਹੀਂ ਪਹੁੰਚ ਸਕੇ ਤੁਹਾਨੂੰ ਬੇਨਤੀ ਕਰਾਂਗੇ ਤੁਸੀਂ ਆਪ ਰਿਕਾਰਡ ਕਰਕੇ ਸਾਨੂੰ ਫੋਨ 'ਤੇ ਬੇਸ਼ੱਕ ਭੇਜ ਦਿਓ ਅਤੇ ਅਸੀਂ ਕੈਲੀਫੋਰਨੀਆ ਡਾਇਰੀ ਵਿੱਚ ਉਹਨੂੰ ਜ਼ਰੂਰ ਦਿਖਾਵਾਂਗੇ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ।